ਜਿੱਤ ਲਿਆਉਣੀ ਆ ਅਸੀਂ ਆਮ ਘਰਾਂ ਦੇ ਮੁੰਡੇ ਖਾਸ ਅਸੀਂ ਬਣ ਹੀ ਜਾਣਾ ਏ ਆਮ ਘਰਾਂ ਦੇ ਮੁੰਡੇ ਖਾਸ ਅਸੀਂ ਬਣਦੇ ਜਾਂਦੇ ਆ ਮਾਂ ਓ ਮਾਂ ਰੱਬ ਤੋਂ ਪਹਿਲਾਂ ਮੈਂ ਤੇਰਾ ਤੇਰਾ ਹੀ ਨਾ ਲਵਾਂ ਕਤਰਾ ਕਤਰਾ ਤੇਰੇ ਦੁੱਧ ਦਾ ਕਰਜ਼ ਮੇਰੇ ਤੇ ਹੈ ਬੂੰਦ ਬੂੰਦ ਬਾਪੂ ਦਾ ਪਸੀਨਾ ਫਰਜ਼ ਮੇਰੇ ਤੇ ਹੈ ਰਾਤ ਦਿਨ ਦਿਨ ਰਾਤ ਰਾਤ ਮੇਰਾ ਖੂਨ ਬਲਦਾ ਹੈ ਛੋਟੇ ਜਿਹੇ ਦਿਲ ਵਿੱਚ ਵੱਡਾ ਜਿਹਾ ਸੁਪਨਾ ਪੜਦਾ ਹੈ ਉਹ ਅਣਖੀ ਖੁੰਦ ਕੀ ਬੰਦਾ ਲੋਕੋ ਕਿੱਥੇ ਟਲਦਾ ਹੈ ਸੋਨੇ ਦਾ ਗਹਿਣਾ ਵੀ ਅੱਗ 'ਚ ਟਾਕੇ ਬਣਦਾ ਹੈ ਤੂੰ ਪੈਦਾ ਹੋਇਆ ਮਰੂ ਮਰੂ ਕਿਉਂ ਕਰਦਾ ਏ ਉਹ ਐਡੀ ਵੱਡੀ ਦੇ ਐਡੀ ਵੱਡੀ ਦੇ ਨਿੱਕੇ ਜੇ ਦੁੱਖ ਤੋਂ ਡਰਦਾ ਏ ਉਹਨਾਂ ਨੂੰ ਬੁਲਾ ਕੇ ਦੋ ਦੋ ਸੌ ਰੁਪਏ ਦਾ ਮੋਮੈਂਟੋ ਦੇਣਾ ਤੇ ਤੋੜ ਦੇਣਾ ਸ਼ਹੀਦਾਂ ਦੀਆਂ ਸ਼ਹੀਦੀਆਂ ਵੀ ਕੈਸ਼ ਹੋ ਰਹੀਆਂ ਨੇ ਸੋ ਉਹ ਸਾਰੀ ਜਿਹੜੀ ਨਮੋਸ਼ੀ ਆ ਉਸ ਨਮੋਸ਼ੀ ਦੇ ਅਗੇਂਸਟ ਅਸੀਂ ਇਹ ਗੀਤ ਲਿਖਿਆ 12 ਮਿੰਟ ਪਲੱਸ ਗੀਤ ਹੈ ਔਰ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਜਾਂ ਵਰਲਡ ਦਾ ਹੀ ਸਭ ਤੋਂ ਲੰਬਾ ਗਾਣਿਆਂ 'ਚ ਹੋਊਗਾ ਸਾਡਾ ਗਾਣਾ ਤੇਜ਼ਾਬ 1984 17 ਮਿੰਟ ਦਾ ਸੀ ਨੈਸ਼ਨਲ ਵਿਲੇਜਰ ਚੀਜ਼ਾਂ ਵਰਤੀਦੀਆਂ ਛੋਟੂ ਯਾਰ ਨਹੀਂ ਵਰਤੀਦੇ ਉਹ 10 ਮਿੰਟ ਦਾ ਗੀਤ ਸੀ ਲੋਕ ਕਹਿੰਦੇ ਸੀ ਤੂੰ ਪਾਗਲ ਹੈ ਕਮਲਾ ਕੌਣ ਸੁਣੂਗਾ ਐਡਾ ਲੰਬਾ ਗੀਤ ਮੈਂ ਕਿਹਾ ਜਿਹਨੇ ਇੱਕ ਵਾਰੀ ਥੋੜ੍ਹਾ ਜਿਹਾ ਵੀ ਸੁਣ ਲਿਆ ਨਾ ਐਂਡ ਤੱਕ ਸੁਣੂਗਾ ਇੱਕ ਵਾਰ ਨਹੀਂ ਉਹ ਹਜ਼ਾਰ ਵਾਰ ਸੁਣੂਗਾ ਬਾਰ ਬਾਰ ਸੁਣੂਗਾ ਅਤੇ ਸਾਨੂੰ ਬਹੁਤ ਅੱਛੇ ਕੰਪਲੀਮੈਂਟਸ ਉਹਨਾਂ ਦੇ ਵੀ ਮਿਲੇ ਆ ਪੂਰੇ ਵਰਲਡ ਦੇ ਵਿੱਚ ਸੋ ਅਸੀਂ ਇਸ ਗੀਤ ਦੇ ਵਿੱਚ ਕਿਉਂਕਿ ਮੈਂ ਜਿਹੜਾ ਕੌੜਾ ਤਜਰਬਾ ਦੇਖਿਆ ਜੇ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਕਲਾਕਾਰ ਜਿਹੜੀ ਕੋਈ ਕਲਮ ਸੁਚੱਜਾ ਲਿਖਦੀ ਹੈ ਜਾਂ ਚੰਗਾ ਦਿੰਦੀ ਹੈ ਇਹ ਗਾਣੇ ਕਦੇ ਵੀ ਵਿਆਹਾਂ 'ਚ ਨਹੀਂ ਕੋਈ ਸ਼ੋਅ ਕਰਾਉਂਦਾ ਨਾ ਕੋਈ ਕਿਤੇ ਹੋਰ ਬੁਲਾ ਕੇ ਬਸ ਸ਼ਾਬਾਸ਼ ਲੋਈ ਲੈ ਲਓ ਜੀ ਜੱਸੀ ਜੀ ਕੌਮ ਲਈ ਤੁਸੀਂ ਬਹੁਤ ਵਧੀਆ ਕੀਤਾ ਜੀ ਤੁਸੀਂ ਕੌਮ ਜਗਾਤੀ ਜੀ ਅਤੇ ਲੋਈ ਦੇ ਦੇਣਗੇ ਮੋਮੈਂਟੋ ਦੇ ਦੇਣਗੇ ਸਾਨੂੰ ਲੋਈਆਂ ਅਤੇ ਮੋਮੈਂਟੋਆਂ ਦੀ ਲੋੜ ਨਹੀਂ ਪਹਿਲੀ ਪਿਰਤ ਪਾ ਰਹੇ ਹਾਂ ਅਸੀਂ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹ ਗਾਣੇ ਦੇ ਨਾਲ ਮੈਂ ਆਪਣਾ WW ਕੀ ਕਹਿੰਦੇ ਹੁੰਦੇ paypal.me/jasraj records ਅਸੀਂ ਪੇਪਾਲ ਦਾ ਆਪਣਾ ਲਿੰਕ ਦੇਵਾਂਗੇ ਇਸ ਗਾਣੇ 'ਚ ਕਿ ਬਾਈ ਜੀ ਸ਼ਾਬਾਸ਼ ਨਹੀਂ ਦੇਣੀ ਜੇ ਤੁਸੀਂ ਕੋਈ ਚੀਜ਼ ਹੈ ਜੇ ਬਾਲ ਕਟਾਉਂਦੇ ਹੋ ਤਾਂ ਜਾ ਕੇ ਨਾਈ ਨੂੰ ਪੈਸੇ ਦਿੰਦੇ ਹੋ ਬੂਟ ਲੈਣ ਜਾਂਦੇ ਹੋ ਤਾਂ ਪੈਸੇ ਦਿੰਦੇ ਹੋ ਜੇ ਕਾਰ 'ਚ ਤੇਲ ਪਵਾਉਂਦੇ ਹੋ ਤਾਂ ਪੈਸੇ ਦਿੰਦੇ ਹੋ ਰੋਟੀ ਆਟਾ ਲੈਣ ਜਾਂਦੇ ਹੋ ਤਾਂ ਪੈਸੇ ਦਿੰਦੇ ਹੋ ਫਿਰ ਸੰਗੀਤ ਮੁਫਤ 'ਚ ਕਿਉਂ ਅਸੀਂ ਜੇ ਸਮਾਜ ਲਈ ਬਣਾ ਰਹੇ ਹਾਂ ਤਾਂ ਸਮਾਜ ਨੂੰ ਕੰਟਰੀਬਿਊਟ ਕਰਨਾ ਪਊਗਾ ਅਸੀਂ ਚੰਗੀ ਚੀਜ਼ ਦੇ ਰਹੇ ਹਾਂ ਅਸੀਂ ਹਿੱਕ ਠੋਕ ਕੇ ਕਹਿ ਰਹੇ ਹਾਂ ਸਾਨੂੰ ਇਹ ਜਿਹੜੇ ਕੋਈ ਹੁੰਦੇ ਵੀ ਕੰਪਲੀਮੈਂਟ ਬਾਈ ਜੀ ਬਹੁਤ ਵਧੀਆ ਕੀਤਾ ਕਾਕਾ ਬੜਾ ਵਧੀਆ ਲਿਖਦਾ ਤੂੰ ਬਹੁਤ ਵਧੀਆ ਗਾਉਣਾ ਕਾਕਾ ਵਧੀਆ ਹੀ ਲਿਖਦਾ ਕਾਕੇ ਨੂੰ ਪਤਾ ਇਹ ਸ਼ਾਬਾਸ਼ ਦੀ ਲੋੜ ਨਹੀਂ ਪੈਸੇ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਚੰਗੇ ਤੋਂ ਚੰਗਾ ਕੰਮ ਕੋਈ ਆਰਟਿਸਟ ਕਰੇ ਕੋਈ ਬੋਰੀਆਂ ਡੋਲ ਦਿੰਦਾ ਜੀ ਇਹ ਬਾਬਿਆਂ ਦੇ ਗੀਤ ਗਾਉਂਦਾ ਜੀ ਬਹੁਤ ਵਧੀਆ ਅਤੇ ਕੋਈ ਕਿਸੇ ਪਾਸੇ ਨੂੰ ਕੋਈ ਹਥਿਆਰਾਂ ਦੇ ਗੀਤ ਗਾਉਂਦਾ ਉਹਦੇ 'ਤੇ ਦੁਨੀਆ ਵਾਰ ਦਿੰਦੀ ਹੈ ਕੋਈ ਕੁੜੀ ਡਾਂਸ ਕਰਦੀ ਉਹਦੇ ਲੱਕ ਦੇ ਠੁਮਕਿਆਂ 'ਤੇ ਕਰੋੜਾਂ ਰੁਪਏ ਵਾਰ ਦਿੰਦੇ ਆ ਲੋਕ ਅਤੇ ਚੰਗੀ ਕਲਮ ਨੂੰ ਕੌਣ ਪੁੱਛੂਗਾ ਜਿਹਨੇ ਅਸਲ 'ਚ ਇਸ ਦੇਸ਼ ਦਾ ਭਵਿੱਖ ਲਿਖਣਾ ਉਹਨੇ ਚੰਗੀਆਂ ਕਲਮਾਂ ਅਤੇ ਚੰਗੀਆਂ ਕਲਮਾਂ ਨੂੰ ਸ਼ਾਬਾਸ਼ ਅਤੇ ਜਿਹੜਾ ਕੋਈ ਗੈਂਗਸਟਰ ਦੇ ਗਾਣੇ ਗਾਊਗਾ ਜਿਹੜਾ ਕੋਈ ਨਸ਼ੇ ਦੇ ਗਾਣੇ ਗਾਊਗਾ ਉਹਦੇ 'ਤੇ ਹਜ਼ਾਰਾਂ ਕਰੋੜਾਂ ਵਾਰ ਦਿੰਦੇ ਹੋ ਅਸੀਂ ਜਿੰਨੇ NRI ਨੇ ਜਿੰਨੇ ਕੋਈ ਇੱਥੇ
ਜਿਹਨਾਂ ਕੋਲ ਪੈਸੇ ਨੇ। ਸਾਡੇ ਗਾਣੇ ਦੀ ਕੀਮਤ ਹੈ 1,00,000 ਰੁਪਈਆ ਇੱਕ ਵਾਰ ਸੁਣਨ ਦੀ। ਸਸਤਾ ਨਹੀਂ ਹੈ ਪਰ ਐਡਾ ਮਹਿੰਗਾ ਵੀ ਨਹੀਂ ਹੈ। ਜਦ ਤੁਸੀਂ ਕਰੋੜਾਂ ਰੁਪਏ ਉਹੋ ਜਿਹੀਆਂ ਚੀਜ਼ਾਂ 'ਤੇ ਵਾਰਦੇ ਹੋ ਤਾਂ ਅਸੀਂ ਤਾਂ ਬਈ ਬਹੁਤ ਵਾਰ ਸਸਤਾ ਦੇ ਰਹੇ ਹਾਂ। ਅਸੀਂ ਪੂਰਾ ਸਮਾਜ, ਅਸੀਂ ਪੂਰਾ ਯੂਥ ਉਹਨੂੰ ਮੋਟੀਵੇਟ ਕਰਨ ਲਈ, ਇੱਕ ਡਿੱਗੇ ਹੋਏ ਬੰਦੇ ਨੂੰ ਖੜ੍ਹਾ ਕਰਨ ਦਾ, ਜਿਹੜਾ ਇੱਕ ਨੈਗੇਟਿਵਿਟੀ ਦਾ ਕੈਂਸਰ ਸਾਡੇ ਯੂਥ ਨੂੰ ਖਾ ਰਿਹਾ, ਅਸੀਂ ਉਹਨਾਂ 'ਚ ਜਾਨ ਭਰਨ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ। ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਇਹੋ ਜਿਹਾ ਚੰਗਾ ਕੰਮ ਕਰੀਏ, ਕਮ ਔਨ ਕੰਟਰੀਬਿਊਟ, ਪੈਸੇ ਦਿਓ, ਹੱਕ ਨਾਲ ਮੰਗਦੇ ਹਾਂ ਯਾਰ। ਅਤੇ ਪਹਿਲੀ ਵਾਰ ਇਹ ਪਿਰਤ ਪਾ ਰਹੇ ਹਾਂ ਇਹ ਲੋਕਾਂ ਦਾ ਨਾ। ਤੁਸੀਂ ਆਪਾਂ ਫਿਰ ਪ੍ਰੈਸ ਕਾਨਫਰੰਸ ਕਰਾਂਗੇ ਮਹੀਨੇ ਕੁ ਤੱਕ, ਮੈਂ ਤੁਹਾਨੂੰ ਦੱਸੂੰਗਾ ਇਹ ਲੋਕਾਂ ਦਾ ਚਾਲ ਚੱਲਣ। ਇਹ ਸਮਾਜ ਬਈ ਫਲਾਣੇ ਕਲਾਕਾਰ ਗੰਦ ਗਾਉਂਦੇ ਆ ਜੀ, ਪੰਜਾਬ ਲੁੱਟ ਕੇ ਖਾ ਗਏ ਜੀ, ਸਾਡਾ ਸੱਭਿਆਚਾਰ ਰੋਲਤਾ ਜੀ, ਸਾਡੀ ਪੰਜਾਬੀ ਮਾਂ ਬੋਲੀ ਰੋਲਤੀ ਜੀ। ਰੋਲੀ ਕਿਹਨੇ ਹੈ? ਤੁਸੀਂ ਪ੍ਰੋਡਕਟ ਖਰੀਦਿਆ, ਉਹ ਮਸ਼ਹੂਰ ਹੋਇਆ। ਜੇ ਉਹ ਮਸ਼ਹੂਰ ਹੋਇਆ ਉਹਦੇ ਕੋਲ ਪੈਸੇ ਆਏ, ਉਹ ਕਹਿੰਦਾ ਵੀ ਆਹ ਚੀਜ਼ ਵਿਕਦੀ ਹੈ, ਜਿਹੜੀ ਚੀਜ਼ ਵਿਕਦੀ ਹੈ ਅਗਲਾ ਕਹਿੰਦਾ ਆਹੀ ਬੀਜ ਲਓ, ਭੇਡ ਚਾਲ ਹੈ। ਸਾਡੇ ਪਤਾ ਲੱਗ ਜਾਏ ਜੀ ਸੂਰਜਮੁਖੀ ਦੀ ਫਸਲ ਦਾ ਜੀ 1,00,000 ਰੁਪਏ ਜਾਂ 5,000 ਰੁਪਏ ਕੁਇੰਟਲ ਦੇਣ ਲੱਗ ਪਏ, ਅਤੇ ਦੇਖਿਓ ਸਾਰੇ ਪੰਜਾਬ ਸੂਰਜਮੁਖੀ ਉੱਗਦਾ, ਸਾਰੇ ਪੰਜਾਬ 'ਚ ਹੀ ਸੂਰਜਮੁਖੀ ਹੋ ਜਾਓ। ਇੱਥੇ ਕਣਕ ਦਾ ਰੇਟ ਕਰ ਦਿਓ ਵੀ ਇਹ ਨਹੀਂ ਤੁਹਾਨੂੰ ਕੁਛ ਮੁੱਲ ਦੇਣਾ, ਇੱਥੇ ਸੰਤਰਿਆਂ ਦਾ ਰੇਟ ਵਧਾ ਦਿਓ, ਤੁਸੀਂ ਦੇਖੋ ਸਾਰੇ ਪੰਜਾਬ 'ਚ ਜਿਹੜੀ ਜਿਹੜੀ ਫਸਲ ਹੁੰਦੀ ਹੈ ਉਸੇ ਪਾਸੇ ਨੂੰ ਸਾਰਾ ਪੰਜਾਬ ਤੁਰ ਪੂ। ਜੇ ਕਮੇਡੀ ਫਿਲਮਾਂ ਦਾ ਫੈਸ਼ਨ ਆਇਆ ਸਾਰਾ ਪੰਜਾਬ ਹੀ ਕਮੇਡੀ ਫਿਲਮਾਂ, ਮੈਨੂੰ ਲੱਗਦਾ ਲੱਡੂ ਬਰਫੀ ਕੁਛ ਵੀ ਨਹੀਂ ਛੱਡਿਆ, ਕੜਾਹੀਆਂ ਪਤੀਲੇ ਸਾਰੇ ਉੱਧਰ ਨੂੰ ਤੁਰ ਪਏ। ਚਲੋ ਠੀਕ ਹੈ, ਗੁੱਡ ਹੈ ਯਾਰ, ਜੋ ਵਿਕ ਰਿਹਾ ਅਗਲੇ ਉਹਨਾਂ ਦਾ ਕਸੂਰ ਨਹੀਂ, ਪਰ ਜੇ ਅਸੀਂ ਉਹੀ ਚੀਜ਼ ਦੇਈ ਜਾਵਾਂਗੇ ਜਿਹਦੇ ਨਾਲ ਸਮਾਜ ਦਾ ਕੋਈ ਭਲਾ ਨਹੀਂ ਹੁੰਦਾ ਅਤੇ ਉਸੇ ਨੂੰ ਕਮਾਈ ਆਈ ਜਾਊਗੀ ਤਾਂ ਦੇ ਆਰ ਨੋਟ ਡੂਇੰਗ ਐਨੀਥਿੰਗ ਰੋਂਗ, ਉਹ ਬਿਜ਼ਨਸ ਕਰ ਰਹੇ ਆ। ਅਤੇ ਜੇ ਤੁਸੀਂ ਕੋਈ ਚੰਗੀ ਚੀਜ਼ ਚਾਹੁੰਦੇ ਹੋ, ਅਸੀਂ ਇਹਦੀ ਫਸਲ ਬੀਜਦੇ ਹਾਂ, ਤੁਸੀਂ ਚੰਗੀਆਂ ਕਲਮਾਂ ਨੂੰ ਆਪਣਾ ਦਸਵੰਧ ਦੇਣਾ ਸ਼ੁਰੂ ਕਰੋ। ਜਿੰਨੇ ਲੋਕ ਬਾਹਲੇ ਬੁੱਧੀਜੀਵੀ ਸਮਾਜ ਸੇਵੀ, ਚੰਗੀਆਂ ਕਲਮਾਂ ਲਈ ਕਿੱਥੇ ਆ ਤੁਹਾਡੇ ਕੋਲ? ਚੰਗੀਆਂ ਕਲਮਾਂ ਨੂੰ ਦਸਵੰਧ ਦਿਓ, ਫਿਰ ਦੇਖਿਓ ਜਦੋਂ ਇੱਕ ਕੋਈ ਵੀ ਚੰਗੀ ਕਲਮ ਪਣਪੇਗੀ ਉਹਨੂੰ ਮਿਲੂਗਾ ਉਹ ਬੰਦੇ ਦੀ ਇੱਕੋਦਮ ਗੱਡੀ ਵੱਡੀ ਹੋ ਜੂ, ਘਰ ਵੱਡਾ ਹੋ ਜੂ, ਉਹਦਾ ਟੌਰ ਟੱਪਾ ਆ ਜੂ, ਬੰਦਾ ਕਹਿੰਦਾ ਬਾਈ ਅੱਜ ਕੱਲ੍ਹ ਆ ਵੀ ਵਿਕਦਾ। ਫਿਰ ਕੀ ਹੈ, ਚੰਗੀਆਂ ਕਲਮਾਂ ਅੱਗੇ ਆਉਣਗੀਆਂ, ਹਰ ਬੰਦਾ ਕਹੂਗਾ ਇਹ ਤੋਂ ਤਾਂ ਵਧੀਆ ਮੈਂ ਲਿਖ ਲੈਂਦਾ, ਕੀ ਲਿਖਿਆ ਉਹਨੇ, ਉਹ ਕੰਪੀਟੀਸ਼ਨ ਹੋ ਜੂਗਾ। ਜਦੋਂ ਕੰਪੀਟੀਸ਼ਨ ਹੋਊਗਾ ਚੰਗੀ ਕਲਮ ਦਾ ਉਹ ਤੋਂ ਵੱਧ ਕੇ ਆਊਗਾ ਅਗਲਾ, ਅਗਲਾ ਕਹਿੰਦਾ ਤੂੰ 3 ਮੀਟਰ 'ਤੇ ਹਾਈ ਜੰਪ ਮਾਰਿਆ, 3.5 'ਤੇ ਲੈ ਹੁਣ 4.5 'ਤੇ ਯਾਰ ਤੇਰਾ ਪ੍ਰੈਕਟਿਸ ਕਰਕੇ ਆਇਆ। ਸੋ ਵੀ ਹੈਵ ਟੂ ਕੰਪੀਟ। ਇੱਕ ਮਾੜੀ ਚੀਜ਼ ਹੈ ਉਹ ਵਧੀ ਜਾ ਰਹੀ ਹੈ, ਚੰਗੀ ਚੀਜ਼ ਉਹ ਪੁੰਗਰਦੀ ਕਿਉਂ ਨਹੀਂ? ਊਂ ਕਹਿੰਦੇ ਆ ਸ਼ਹੀਦਾਂ ਦੀ ਧਰਤੀ ਹੈ, ਇਹ ਸਾਹਿਤਕਾਰਾਂ ਦੀ, ਇਹ ਬਾਬਿਆਂ ਦੀ ਧਰਤੀ ਹੈ, ਬਾਣੀ ਪੜ੍ਹਾ ਪੜ੍ਹਾ ਕੇ ਝੱਲੇ ਕਰਤੇ ਲੋਕ ਸਮਝਣ ਕਿਸੇ ਨੇ ਲਾਈ ਨਹੀਂ, ਬਾਣੀ 'ਚ ਇੰਨਾ ਕੁਛ ਲਿਖਿਆ ਪਿਆ, ਉਹ ਬਾਣੀ ਦੇ ਸਿਰ 'ਤੇ ਕਈ ਬਾਬੇ ਅਰਬਾਪਤੀ ਬਣ ਗਏ। ਬਾਣੀ ਕਿਹਨੇ ਲਿਖੀ? ਗੁਰੂਆਂ ਨੇ। ਬਾਬਾ ਬੈਠ ਕੇ ਉਹਦੀ ਆਪਣੇ ਹਿਸਾਬ ਨਾਲ ਵਿਆਖਿਆ ਕਰ ਦਿੰਦਾ, ਬਾਬਾ ਜੀ ਦੀ ਦਾੜੀ ਵਧੀਆ ਹੁੰਦੀ ਹੈ ਅਤੇ ਬੰਦੇ ਕਹਿੰਦੇ ਵਾਹ ਜੀ ਵਾਹ, ਬਾਬਾ ਜੀ ਬੜੇ ਪਹੁੰਚੇ ਹੋਏ ਸੰਤ ਨੇ ਜੀ। ਉਹ ਬਾਣੀ ਨੂੰ ਕੈਸ਼ ਕਰਕੇ ਸਿਰਫ ਰੂਪ ਧਾਰ ਕੇ ਅਤੇ ਉਹ ਕੈਸ਼ ਬਾਬਿਆਂ ਦੀ ਲਿਖਤ ਕਰੀ ਜਾਂਦੇ ਨੇ। ਬਾਬਿਆਂ ਨੇ ਜੋ ਲਿਖਿਆ ਉਹ ਆਪਣੇ ਤਜਰਬੇ 'ਚੋਂ ਲਿਖਿਆ, ਜੋ ਉਸ ਟਾਈਮ ਹੋ ਰਿਹਾ ਸੀ ਸਮਾਜ ਦੇ ਵਿੱਚ, ਜੋ ਅੱਜ ਵੀ ਹੋ ਰਿਹਾ ਉਹੀ ਕੁਛ। ਬਾਣੀ ਉਦੋਂ ਵੀ ਸਹੀ ਸੀ, ਅੱਜ ਵੀ ਸਹੀ ਹੈ, ਆਉਣ ਵਾਲੇ ਕੱਲ੍ਹ 'ਚ ਵੀ ਸਹੀ ਰਹਿਣੀ ਹੈ। ਬਟ ਵੀ ਆਰ ਨੋਟ ਰਿਸਪੈਕਟਿੰਗ ਦਾ ਰਾਈਟ ਪੀਪਲ, ਵੀ ਆਰ ਨੋਟ ਪੇਇੰਗ ਦਾ ਰਾਈਟ ਪੀਪਲ। ਅਤੇ ਜੇ ਕੋਈ ਨੰਗੇਜ਼ ਚੱਲਦਾ ਤਾਂ ਫਿਰ ਚੱਲਣ ਦਿਓ ਨਾ ਯਾਰ। ਅਸੀਂ ਆਪਣੀਆਂ ਧੀਆਂ ਭੈਣਾਂ ਬਚਾ ਕੇ ਰੱਖਦੇ ਹਾਂ, ਟਿਊਸ਼ਨ ਵੀ ਛੱਡਣ ਜਾਂਦੇ ਹਾਂ, ਉਹਨੂੰ ਲੈਣ ਵੀ ਜਾਂਦੇ ਹਾਂ, ਕੋਈ ਮੁੰਡਾ ਨਾ ਤੰਗ ਕਰੇ।
ਪਰ ਘਰ ਜਿਹੜਾ ਸਾਡਾ ਟੀ ਵੀ ਲੱਗਿਆ ਉਹਦੇ ਵਿੱਚ ਸਾਰਾ ਕੁਛ ਹੀ ਦੇਖੀ ਜਾ ਰਿਹਾ ਜਵਾਕ। ਫਿਰ ਜੋ ਦੇਖੀ ਜਾ ਰਿਹਾ ਫਿਰ ਉਹੋ ਜਿਹਾ ਬਣਦਾ ਵੀ ਹੈ, ਜਦੋਂ ਉਹੋ ਜਿਹਾ ਬਣਦਾ ਫਿਰ ਉਹ ਡਰੱਗ ਐਡਿਕਟ ਵੀ ਬਣਦਾ। ਜਦੋਂ ਨਸ਼ੇ ਦਾ ਗਾਣਾ ਚੱਲਦਾ ਅਗਲਾ ਕਹਿੰਦਾ ਇਹ ਤਾਂ ਫੈਸ਼ਨ ਹੈ। ਫਿਰ ਉਹ ਜੇ ਡਰੱਗ ਐਡਿਕਟ ਬਣਦਾ ਫਿਰ ਕਹਿੰਦੇ ਸਰਕਾਰਾਂ ਮਾੜੀਆਂ ਨੇ, ਸਰਕਾਰਾਂ ਮਾੜੀਆਂ ਨੇ, ਅਸੀਂ ਮੰਨਦੇ ਹਾਂ ਪਰ ਕੀ ਸਾਡਾ ਕਸੂਰ ਨਹੀਂ। ਸੋ ਇਹ ਗਾਣਾ ਫਾਈਟਰ ਹੈ, ਇਹਦੇ ਵਿੱਚ ਇੱਕ ਇੱਕ ਚੀਜ਼ ਜਿਹੜੀ ਲਿਖੀ ਹੋਈ ਹੈ, ਜਿਵੇਂ ਅੱਜ ਜਿੰਨਾ ਕੁ ਰੈਪ ਤੁਸੀਂ ਸੁਣਿਆ ਇਹ ਹੈ। ਫਿਰ ਹੈਗਾ ਓਏ ਤਾਨੇ ਤਾਨੇ ਮਿਹਣੇ ਸਹਿ ਸਹਿ ਕੇ, ਕੋਈ ਮਰਦਾ ਕੋਈ ਉਭਰਦਾ ਏ, ਹਰ ਕੋਈ ਇਹੋ ਸੋਚ ਰਿਹਾ ਰੱਬ ਜ਼ੁਲਮ ਮੇਰੇ 'ਤੇ ਹੀ ਕਰਦਾ ਏ, ਬਦਕਿਸਮਤ ਮੈਂ ਹਾਂ ਬੋਝ ਹਾਂ ਮੈਂ, ਬਸ ਇਹੋ ਸੋਚ 'ਤੇ ਮਾੜੀ ਏ। ਓਏ ਅੰਧ ਆਸ਼ਰਮ ਅਪੰਗ ਆਸ਼ਰਮ ਅਤੇ ਯਤੀਮ ਖਾਨਿਆਂ ਵਿੱਚ ਜਾ ਕੇ ਵੇਖਿਓ, ਜਿਨ੍ਹਾਂ ਦੀ ਬਚਪਨ ਤੋਂ ਦੁੱਖਾਂ ਨਾਲ ਯਾਰੀ ਏ, ਪਰ ਮੌਤ ਨਾਲ ਹਾਲਾਤ ਨਾਲ ਚੌਂਦੀ ਛੱਤ ਨੈਣੀ ਬਰਸਾਤ ਨਾਲ ਜੰਗ ਜਾਰੀ ਏ, ਜੰਗ ਜਾਰੀ ਏ। ਜੇ ਉਹ ਹੁੰਦਾ ਜੇ ਆਹ ਹੁੰਦਾ, ਮੈਂ ਔਖ ਕਰਦਾ ਮੈਂ ਆਹ ਕਰਦਾ, ਉਹ ਬੰਦਾ ਕਦੇ ਵੀ ਸਫਲ ਨਹੀਂ ਜੋ ਜੇ ਦੇ ਨਾਲ ਵਿਆਹ ਕਰਦਾ। ਓਏ ਜੇ ਤਾਂ ਇੱਕ ਬਹਾਨਾ ਹੈ ਬਸ ਆਪਣੇ ਐਬ ਛੁਪਾਉਣੇ ਲਈ, ਇੱਕ ਸੱਚੀ ਮਿਹਨਤ ਬਹੁਤ ਦਾਰੇ ਦੀ ਕਿੰਗ ਕੌਂਗ ਨੂੰ ਢਾਉਣੇ ਲਈ। ਓਏ ਟਲ ਜਾ ਓਏ ਖੜ ਜਾ, ਓਏ ਟਲ ਜਾ ਤੂੰ ਓਏ ਖੜ ਜਾ ਤੂੰ, ਦੋ ਪਾਠ ਜੱਸੀ ਦੇ ਪੜ ਜਾ ਤੂੰ, ਉੱਠ ਚੱਲ ਪੀ ਲੈ ਦੁੱਧ ਦਾ ਛੰਨਾ, ਪੱਥਰ 'ਚੋਂ ਰੱਬ ਲੱਭੂ ਤੰਨਾ, ਓਏ ਗੁੜ ਵੀ ਕਿੱਥੋਂ ਲੱਭ ਜਾਂਦਾ ਜੇ ਵਿੱਚ ਕਲਾੜੀ ਪਿਸਦਾ ਨਾ ਗੰਨਾ। ਆਈਨਸਟਾਈਨ ਗੈਲੀਲੀਓ ਐਡੀਸਨ ਨੂੰ ਵੀ ਲੋਕ ਇੱਥੇ ਸਾਰੇ ਪਾਗਲ ਕਹਿੰਦੇ ਸੀ, ਵੱਡੇ ਖੋਜੀ ਸੂਰਮਿਆਂ ਨੂੰ ਵੱਢ ਖਾਣ ਨੂੰ ਪੈਂਦੇ ਸੀ, ਫਿਰ ਤੂੰ ਕਿਹੜੇ ਬਾਗ ਦੀ ਮੂਲੀ ਜੋ ਇਹ ਤੈਨੂੰ ਬਖਸ਼ਣਗੇ, ਅੱਜ ਤੈਨੂੰ ਮਿੱਟੀ ਕਹਿੰਦੇ ਕੱਲ ਮਿੱਟੀ ਨੂੰ ਤਰਸਣਗੇ। ਲੋਕਾਂ ਤੋਂ ਉਮੀਦ ਨਾ ਕਰ, ਇਹ ਲੋਕ ਕਿਸੇ ਦੇ ਹੋਏ ਨਾ, ਮਾਂ ਵੀ ਦੁੱਧ ਹੈ ਕਿੱਥੇ ਦਿੰਦੀ ਜੇਕਰ ਬੱਚਾ ਰੋਏ ਨਾ। ਓਏ ਰੋਣਾ ਜੇ ਰੋਣਾ ਹੀ ਹੈ ਰੱਬ ਨੂੰ ਉੱਚੀ ਵਾਜਾਂ ਮਾਰ ਮਾਰ ਕੇ ਰੋ, ਛੱਡ ਬੰਦੇ ਦਾ ਖਹਿੜਾ ਤੂੰ, ਰੱਬ ਨੂੰ ਵੀ ਲਲਕਾਰ ਕੇ ਰੋ, ਓਏ ਰੱਬ ਨੂੰ ਵੀ ਲਲਕਾਰ ਕੇ ਰੋ। ਸੋ ਇੱਕ ਗੀਤ ਦੇ ਵਿੱਚ ਜਿਹੜਾ ਕੋਈ, ਚਾਹੇ ਹੁਣ ਬੱਚਿਆਂ ਦੇ ਪੇਪਰ ਹੋਣੇ ਆ ਜੀ, ਅਸੀਂ ਕਹਿੰਦੇ ਹਾਂ ਕੋਈ ਵੀ ਮੁੰਡਾ ਆਹ ਗਾਣਾ ਸੁਣ ਕੇ ਉਹ ਤੋਂ ਬਾਅਦ ਪੜ੍ਹਨ ਬਹਿ ਜਾਓ, ਉਹਦਾ ਪੜ੍ਹਨ ਨੂੰ ਜੀ ਕਰੂਗਾ। ਜੇ ਸਾਡੀ ਕਿਸੇ ਮੁਲਕ ਨਾਲ ਜੰਗ ਲੱਗ ਗਈ, ਸਾਡੇ ਫੌਜੀਆਂ ਨੂੰ ਇਹ ਗਾਣਾ ਸੁਣਾ ਦਿਉ, ਤੁਸੀਂ ਦੇਖਿਓ ਸਾਡੇ ਫੌਜੀ ਕਹਿਣਗੇ ਸਾਨੂੰ ਕਿਸੇ ਹੋਰ ਟੈਂਕ ਦੀ ਲੋੜ ਨਹੀਂ, ਮੈਂ ਮਰੂੰਗਾ, ਆ ਤੂੰ ਦੇਖ ਲੈਂਦਾ ਮੈਂ ਤੈਨੂੰ। ਸਾਡੀ ਕੋਈ ਵੀ ਜਿਹੜਾ ਕੰਪੀਟ ਕਰਨ ਚੱਲਿਆ ਕਬੱਡੀ 'ਚ ਅਤੇ ਕੁਸ਼ਤੀ 'ਚ ਅਤੇ ਬੋਕਸਿੰਗ 'ਚ ਅਤੇ ਹੋਰ ਗੇਮਸ ਦੇ ਵਿੱਚ, ਹੋਕੀ ਦੇ ਵਿੱਚ, ਤੁਸੀਂ ਸਾਡੀ ਨੈਸ਼ਨਲ ਟੀਮ ਨੂੰ ਇਹ ਗਾਣਾ ਸੁਣਾ ਦਿਉ, ਮੈਂ ਕਹਿੰਦਾ ਦੇ ਵਿਲ ਪਰਫੋਰਮ 50 ਟਾਈਮਸ ਬੈਟਰ। ਅਸੀਂ ਫੌਜੀ ਤਿਆਰ ਕਰ ਦਾਂਗੇ, ਅਸੀਂ ਯੂਥ ਤਿਆਰ ਕਰ ਦਾਂਗੇ, ਅਸੀਂ ਡੀਮੋਟੀਵੇਟਡ ਜਿਹੜਾ ਡਿਪਰੈਸ ਯੂਥ ਹੈ ਜਿਹੜਾ ਜਮ੍ਹਾਂ ਹੀ ਵਿਚਾਰਾ ਗਰਕ ਹੋਇਆ ਪਿਆ, ਅਸੀਂ